तुस देख रहे हो विनिंग पंजाब टीवी का स्पैशल प्रोग्राम सवेर सांझ ते तुहाडे नाल गुरप्रीत सिंह चट्ठा मेरे नाल तमाम खबरां ते विचार चर्चा करन लई हाजिर होए ने उगे सिख बुद्धिजीवी ते सियासी माहिर सरदार प्रीतम सिंह खान प्रोवड़िंग। सब तो पहला स्वागत करांगे खानपुर साहब प्रोग्राम दे विच, निघा स्वागत है जी। जी आयां नूं ਚੱਠਾ ਸਾਹਿਬ ਵਿਨਿੰਗ ਪੰਜਾਬ ਪ੍ਰੋਗਰਾਮ ਦੇਖ ਰਹੇ ਆਵਾਜ਼ ਤੇ ਅੰਦਾਜ਼ ਦੀ ਦੁਨੀਆ ਵਿੱਚ ਬਹੁਤ ਹੀ ਸਤਿਕਾਰਯੋਗ ਸਰੋਤਿਆਂ ਨੂੰ ਮੈਂ ਆਦਾਬ, ਸਤਿ ਸ੍ਰੀ ਅਕਾਲ, ਫਤਿਹ ਅਰਜ਼ ਕਰਦਾ। ਖਰਪੂ ਸਾਹਿਬ ਜਿਹੜੀਆਂ ਖਬਰਾਂ ਤੇ ਚਰਚਾ ਕਰਾਂਗੇ, ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਇੱਕ ਵਾਰ ਫਿਰ ਤੋਂ ਆਹਮੋ ਸਾਹਮਣੇ ਨੇ। ਆਖਿਰ ਕੀ ਕਾਰਨ ਬਣਦੇ ਨੇ ਕਿ ਜਿਹੜੇ ਵਿਵਾਦ ਨੇ ਥੋੜੀ ਥੋੜੀ ਦੇਰ ਬਾਅਦ ਪੈਦਾ ਹੋ ਜਾਂਦੇ ਨੇ, ਇਸ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਨਾਲ ਹੀ ਚਰਚਾ ਕਰਾਂਗੇ। ਬਾਦਲ ਪਰਿਵਾਰ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ, ਉਸ ਨੂੰ ਲੈ ਕੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ। ਮਾਨ ਸਰਕਾਰ ਇੱਕ ਫੈਸਲੇ ਤੋਂ ਬਾਅਦ ਵਿਰੋਧੀਆਂ ਨੇ ਇੱਕ ਸੁੱਤੇ ਤਰੀਕੇ ਦੇ ਨਾਲ ਘੇਰੀ ਆ, ਹੁਣ ਕੀ ਮਾਮਲਾ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ SSP ਚੰਡੀਗੜ੍ਹ ਨੂੰ ਹਟਾਏ ਜਾਣ ਦਾ ਮਾਮਲਾ, ਰਾਜਪਾਲ ਤੇ ਮੁੱਖ ਮੰਤਰੀ ਆਹਮੋ ਸਾਹਮਣੇ ਨੇ, ਮੁੱਖ ਮੰਤਰੀ ਨੇ ਫਿਰ ਤੋਂ ਚਿੱਠੀ ਲਿਖਤੀ ਰਾਜਪਾਲ ਨੂੰ, ਕਿਵੇਂ ਦੇਖਦੇ ਹੋ? ਚੱਠਾ ਸਾਹਿਬ, ਜਦੋਂ ਦੀ ਇਹ ਸਰਕਾਰ ਬਣੀ ਹੈ ਉਦੋਂ ਤੋਂ ਹੀ ਲੈ ਕੇ ਗਵਰਨਰ ਤੇ ਮੁੱਖ ਮੰਤਰੀ ਦੇ ਆਪਸ ਦੇ ਵਿੱਚ ਜੋ ਸੰਬੰਧ ਨੇ ਉਹ ਚੰਗੇ ਨਹੀਂ ਰਹੇ। ਬੜੀ ਮਦਭਾਗੀ ਗੱਲ ਹੈ ਪੰਜਾਬ ਦੇ ਲਈ, ਕਿਉਂਕਿ ਮੁੱਖ ਮੰਤਰੀ ਪੰਜਾਬ ਦਾ ਐਡਮਿਨਿਸਟ੍ਰੇਟਰ ਹੁੰਦਾ ਹੈ ਤੇ ਗਵਰਨਰ ਉਹਦੇ ਉੱਤੇ ਨਿਗਰਾਨ ਹੁੰਦਾ ਹੈ ਕਿਉਂਕਿ ਉਹ ਸੈਂਟਰ ਵੱਲੋਂ ਨੁਮਾਇੰਦਾ ਹੁੰਦਾ। ਪਰ ਇਹ ਜਿਹੜੀ ਸ਼ੁਰੂਆਤ ਪਹਿਲਾਂ ਹੀ ਜਦੋਂ ਓਪਰੇਸ਼ਨ ਲੋਟਸ ਓਪਰੇਸ਼ਨ ਸੀਗਾ, ਲੋਟਸ ਓਪਰੇਸ਼ਨ ਦੇ ਉੱਤੋਂ ਹੀ ਗੱਲ ਇਹ ਵਿਗੜ ਗਈ ਸੀ ਕਿ BJP ਸਾਡੇ MLA ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਾਡੇ ਕੋਲ ਬਹੁ ਮਤ ਹੈ, ਸਾਡਾ ਕੋਈ ਵੀ ਜਿਹੜਾ ਹੈਗਾ MLA ਵਿਕੇਗਾ ਨਹੀਂ, ਬਕਾਊ ਨਹੀਂ ਹੈਗਾ। ਤੇ ਇਹ ਗੱਲ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ ਦੂਜੀ ਗੱਲ ਜਿਹੜੀ ਵੀ ਅਸੀਂ ਇੱਕ ਸਦਨ ਦੇ ਵਿੱਚ ਆ ਕੇ ਬਹੁ ਮਤ ਸਾਬਤ ਕਰਨੀ ਹੈ ਵੀ ਸਾਡੀ ਬਹੁ ਮਤ ਹੈ, ਇਹਨਾਂ ਨੇ ਪ੍ਰਵਾਨਗੀ ਮੰਗੀ ਗਵਰਨਰ ਤੋਂ। ਗਵਰਨਰ ਨੇ ਉਸ ਟਾਈਮ ਪ੍ਰਵਾਨਗੀ ਦੇ ਤੀ ਇਹਨਾਂ ਨੂੰ ਸੈਸ਼ਨ ਸਦਨ। ਲੇਕਿਨ ਦੋ ਦਿਨਾਂ ਬਾਅਦ ਪਤਾ ਨਹੀਂ ਕੀ ਦਿਮਾਗ 'ਚ ਆਇਆ ਜਾਂ ਲੋਕਾਂ ਰੌਲਾ ਪਿਆ ਮੀਡੀਆ ਦੇ ਵਿੱਚ, ਵੀ ਜਦੋਂ ਇਹਨਾਂ ਦੀ ਸਰਕਾਰ ਨੂੰ ਕਿਸੇ ਨੇ ਚੈਲੇਂਜ ਹੀ ਨਹੀਂ ਕੀਤਾ, ਕੋਈ ਵਿਰੋਧੀ ਧਿਰ ਨੇ ਨਹੀਂ ਕਿਹਾ, ਇਹ ਆਪਣੇ ਆਪ ਹੀ ਬਹੁਮਤ ਸਾਬਤ ਕਰ ਰਹੇ, ਇਸ ਲਈ ਉਹ ਤੁਸੀਂ ਸੈਸ਼ਨ ਰੱਦ ਕਰਤਾ। ਰੱਦ ਕਰਨ ਤੋਂ ਬਾਅਦ ਇਹਨਾਂ ਨੇ ਦੁਬਾਰਾ ਸੈਸ਼ਨ ਫਿਰ ਮੰਗਿਆ ਵੀ ਅਸੀਂ ਇਸ ਸੈਸ਼ਨ ਦੇ ਵਿੱਚ ਇਹ ਗੱਲਾਂ ਦਾ ਜ਼ਿਕਰ ਕਰਨਾ, ਇਹ ਕਰਨਾ, ਉਹ ਸੈਸ਼ਨ ਮਿਲ ਗਿਆ। ਇਹ ਗੱਲ ਤਾਂ ਸ਼ੁਰੂਆਤ 'ਤੇ ਜਦੋਂ ਕੋਈ, ਆਪਾਂ ਇੱਕ ਆਮ ਕਹਾਵਤ ਹੈ, ਜਦੋਂ ਕੋਈ ਨੂੰਹ ਨਵੀਂ ਘਰ ਦੇ ਵਿੱਚ ਆਉਂਦੀ ਜਿਹਦੇ ਸੱਸ ਨਾ ਬਣੇ, ਉਹ ਕੋਈ ਨਾ ਕੋਈ ਬਹਾਨਾ ਉਹ ਕੱਢਦੀ ਹੋ ਰਹਿੰਦੀ ਹੈ ਵੀ ਅੱਜ ਰੋਟੀ ਠੀਕ ਨਹੀਂ ਬਣਾਈ, ਆਹ ਦਾਲ 'ਚ ਲੂਣ ਜ਼ਿਆਦਾ ਪਾਤਾ, ਆਹ ਤਾਂ ਬਿਜਲੀ ਦਾ ਬੱਲਬ ਬੰਦ ਨਹੀਂ ਕੀਤਾ, ਆਹ ਤਾਂ ਗੈਸ ਨਹੀਂ ਪਾਵਾ, ਉਹ ਇਸ ਤਰ੍ਹਾਂ ਦੀ ਗੱਲਾਂ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਬਿਸਮਿਲਾ ਉਹੀ ਗਲਤ ਹੋ ਗਿਆ। ਹੁਣ ਜਿਹੜੀ ਨਵੀਂ ਤਾਜ਼ੀ ਖਬਰ ਸੀ, ਕਿਉਂਕਿ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ, ਪੰਜਾਬ ਦੀ ਵੰਡ ਹੋਈ ਹੈ, ਉਸ ਟਾਈਮ ਚੰਡੀਗੜ੍ਹ ਦੇ ਵਿੱਚ 60-40 ਦੇ ਅਨੁਪਾਤ ਨਾਲ ਅਫਸਰਾਂ ਦੀ ਨਿਯੁਕਤੀ ਦਾ ਆਰਡਰ ਹੋਏ ਸੀ ਵੀ 60% ਜਿਹੜੇ ਮੁਲਾਜ਼ਮ ਹੋਣਗੇ ਜਾਂ ਅਫਸਰ ਹੋਣਗੇ ਜਾਂ ਥੱਲਾ ਅਮਲਾ ਹੋਊਗਾ, ਉਹ 60-40 ਦੀ ਰੇਸ਼ੋ ਨਾਲ ਹੋਏਗਾ, ਜਿਸ ਦੇ ਵਿੱਚ 60 ਦੇ ਵਿੱਚ ਜਿਹੜਾ SSP ਹੋਊਗਾ ਉਹ ਪੰਜਾਬ ਦਾ ਹੋਊਗਾ ਅਤੇ ਜਿਹੜਾ DC ਹੋਊਗਾ ਉਹ ਹਰਿਆਣੇ ਦਾ ਹੋਊਗਾ। ਲੇਕਿਨ ਪਿਛਲੇ ਸਮੇਂ ਤੋਂ ਇਹ ਸਾਰੀ ਪਰੰਪਰਾ ਉਹਨਾਂ ਨੇ ਤੋੜ ਦਿੱਤੀ, ਉਹ ਜਿਹੜੇ ਪਿਛਲਾ ਸਮਝੌਤਾ ਸੀ ਉਹਦੇ ਉੱਤੇ ਕੋਈ ਅਸਰ ਨਹੀਂ ਕੀਤਾ ਹੈਗਾ। ਅਤੇ ਹੁਣ ਧੱਕੇ ਤਾਂ ਪਹਿਲਾਂ ਵੀ ਪੰਜਾਬ ਦੇ ਨਾਲ ਹੁੰਦੇ ਰਹੇ, ਪੰਜਾਬ ਯੂਨੀਵਰਸਿਟੀ ਬਾਰੇ ਵੀ ਰੌਲਾ ਪਿਆ, ਭਾਖੜਾ ਡੈਮ ਦੀ ਮੈਨੇਜਮੈਂਟ ਬਾਰੇ ਵੀ ਪਿਆ, ਅਤੇ ਬਾਰਡਰ ਨੂੰ 15 ਕਿਲੋਮੀਟਰ ਤੋਂ ਹੱਦ ਤੋਂ BSP ਨੂੰ ਵਧਾ ਕੇ 50 ਕਿਲੋਮੀਟਰ ਕਰਨਾ, ਇਹ ਸਾਰੇ ਮਾਮਲੇ। ਪਰ ਜਿਹੜਾ ਹੁਣ ਤਾਜ਼ਾ ਮਸਲਾ ਸੀ, ਫਿਰ VC ਦਾ ਮਸਲਾ ਹੋਇਆ, PA ਯੂਨੀਵਰਸਿਟੀ ਦਾ, ਉਹਦੀ ਨਿਯੁਕਤੀ ਰੱਦ ਕੀਤੀ, ਫਿਰ ਬਾਬਾ ਫਰੀਦ ਯੂਨੀਵਰਸਿਟੀ ਦਾ ਹੋਇਆ, ਉਹਨਾਂ ਨੇ ਨਿਯੁਕਤ ਕੀਤਾ ਅਤੇ ਉਹਨਾਂ ਨੇ ਉਹਦੀ ਪ੍ਰਵਾਨਗੀ, ਕਿਉਂਕਿ ਇਹ ਗੱਲ ਤਾਂ ਚੱਲੇ ਰਹੀ ਸੀ। ਪਰ ਇਹ ਜਿਹੜੀ ਹੁਣ ਤਾਜ਼ੀ ਗੱਲ ਜਿਹੜੀ ਹੋਈ ਹੈ ਕਿ ਅਜੇ ਇਸ ਦੇ 9 ਮਹੀਨੇ ਰਹਿੰਦੇ ਸੀ SSP ਸਰਦਾਰ ਕੁਲਦੀਪ ਸਿੰਘ ਚਾਹਲ ਦੇ, ਉਹ 9 ਮਹੀਨਿਆਂ ਤੋਂ ਪਹਿਲਾਂ ਹੀ ਉੱਥੋਂ ਇਹਨਾਂ ਨੂੰ ਵਾਪਸ ਭੇਜਤਾ ਅਤੇ ਉਹਦੀ ਥਾਂ ਦੇ ਉੱਤੇ ਹਰਿਆਣਾ IPS ਕੇਡਰ ਦਾ ਮੈਡਮ ਹੈ ਜਿਹੜੀ, ਉਹਨੂੰ ਉੱਥੇ ਲਾਇਆ ਗਿਆ, ਜਿਹੜਾ ਕਿ ਬਿਲਕੁਲ ਪੰਜਾਬ ਦੇ ਨਾਲ ਟੱਕਾ ਹੈ ਅਤੇ ਪੰਜਾਬ ਦੇ ਜੋ ਪੁਨਰਗਠਨ ਹੈ ਅਤੇ ਉਸ ਨੂੰ ਇਹ ਇੱਕ ਤਾਰ ਪੀਟੋ ਕਰਨੀ ਹੈ, ਉਹਨੂੰ ਰੱਦ ਕਰਨ ਵਾਲੀ ਗੱਲ। ਇਹ ਹੋ ਕਿਉਂ ਰਿਹਾ? ਕਦੇ ਜਦੋਂ ਘਰ ਪੜ ਜਾਵੇ ਤਾਂ ਦੁਸ਼ਮਣ ਨੂੰ ਸਮਾਂ ਮਿਲ ਜਾਂਦਾ ਹੈ, ਜੋ ਮਰਜ਼ੀ ਕਰੇ ਉਹਨੂੰ ਹੋਈ ਕਰ। ਹੁਣ ਪੰਜਾਬ ਦੇ ਹਾਲਾਤ ਇਹ ਹੈ, ਕੋਈ ਵੀ ਪਾਰਟੀ ਪੰਜਾਬ ਦੇ ਸਥਿਰ ਨਹੀਂ ਹੈਗੀ, ਪੱਕੀ ਮੈਜੋਰਟੀ। ਅਕਾਲੀ ਦਲ ਹੈਗਾ, ਉਹਦੀ ਹਾਲਤ ਵੀ ਆਪਣੇ ਸਾਹਮਣੇ ਹੈ, ਕਾਂਗਰਸ ਦੀ ਹਾਲਤ ਹੈ ਉਹ ਵੀ ਆਪਣੇ ਸਾਹਮਣੇ ਹੈ, ਹੁਣ ਜਿਹੜੀ ਆਮ ਆਦਮੀ ਪਾਰਟੀ ਬਣੀ ਹੈ
ਇਹ ਆਮ ਆਦਮੀ ਪਾਰਟੀ ਜੇ ਸਮਝੇ ਵੀ ਕਿ ਲੋਕ ਸਾਡੇ ਪਿੱਛੇ ਨੇ, ਲੋਕ ਸਾਡੀਆਂ ਨੀਤੀਆਂ ਨੂੰ ਚੰਗਾ ਸਮਝਦੇ ਨੇ, ਲੋਕ ਸਾਡੀ ਪਾਲਿਸੀਆਂ ਨੂੰ ਚੰਗਾ ਸਮਝਦੇ ਨੇ। ਇਹਨਾਂ ਦੀ ਪਾਲਿਸੀ ਨੂੰ, ਇਹਨਾਂ ਦੀ ਨੀਤੀਆਂ ਨੂੰ ਬਿਲਕੁਲ ਨਹੀਂ ਸੀ ਚੰਗਾ ਸਮਝਦੇ ਲੋਕ, ਸਿਰਫ ਲੋਕ ਬਦਲਾਅ ਚਾਹੁੰਦੇ ਸੀਗੇ। ਉਹਨਾਂ ਨੇ ਜਿਹੜੀ ਇਹਨਾਂ ਨੂੰ ਵੋਟ ਪਈ ਹੈ 93 ਸੀਟਾਂ ਦੇ ਆਈਆਂ, ਇਹ ਲੋਕਾਂ ਦੇ ਬਦਲਾਅ ਕਰਕੇ ਆਈ ਨੇ, ਨਾ ਕਿ ਇਹਨਾਂ ਦੀ ਪਾਰਟੀ ਦੀ ਨੀਤੀਆਂ ਕਰਕੇ ਜਾਂ ਇਹਨਾਂ ਦੇ ਪਲਾਨ ਕਰਕੇ ਜਾਂ ਇਹਨਾਂ ਦੀ ਚੰਗਿਆਈ ਕਰਕੇ ਵੋਟਾਂ ਪਈਆਂ ਨੇ। ਉਹ 93 ਸੀਟਾਂ ਸਿਰਫ ਬਦਲਾਅ ਕਰਕੇ ਪਈਆਂ ਸੀ। ਇਹੀ ਸੁਪਨਾ ਲੈਣ ਲੱਗੇ ਸੀ ਕਿ ਪੰਜਾਬ ਸਾਡੇ ਨਾਲ ਹੈ, ਪੰਜਾਬ ਨੇ ਐਡੀ ਐਡੀਆਂ ਪੁਰਾਣੀਆਂ ਪਾਰਟੀਆਂ ਨੂੰ ਖੁੱਡੇ ਲੈਣ ਲਾ ਤਾ। ਪਰ ਉਹਦਾ 7-8 ਮਹੀਨੇ ਦੇ ਵਿੱਚ ਜੋ ਕੁਛ ਹੋਇਆ, ਪਹਿਲਾਂ ਹੁਣ 9ਵਾਂ ਮਹੀਨਾ ਚੱਲ ਰਿਹਾ, 7-8 ਮਹੀਨੇ ਦੇ ਵਿੱਚ ਕਿੱਡੇ ਵੱਡੇ ਕਤਲ ਹੋਏ, ਮੂਸੇਵਾਲ ਦਾ ਕਤਲ ਹੋਇਆ, ਉਹ ਖਿਡਾਰੀਆਂ ਦੇ ਕਤਲ ਹੋਏ, ਅਤੇ ਸ਼ਿਵ ਸੈਨਾ ਦੇ ਆਗੂ ਦਾ ਕਤਲ ਹੋਇਆ, ਹੋਰ ਵੀ ਬਹੁਤ ਅਨਨੋਨ ਕਤਲ ਹੋਏ ਜਿਹੜੇ ਕਿ ਕਈ ਵਾਰ ਮੀਡੀਆ ਦੇ ਵਿੱਚ ਨਹੀਂ ਵੀ ਆਉਂਦੇ। ਉਹਨੂੰ ਦੇਖ ਕੇ ਪਾਰਲੀਮੈਂਟ ਦੀ ਜਿਹੜੀ ਸੀਟ ਸੀ ਭਗਵੰਤ ਮਾਨ ਵਾਲੀ, ਉਹਦੀ ਇਲੈਕਸ਼ਨ ਹੋਈ। ਉਸ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾ ਤਾ। ਕਿਤੇ ਤੁਹਾਡੇ ਦਿਮਾਗ ਦੇ ਵਿੱਚ ਇਹ ਨਾ ਗੱਲ ਆਈ ਹੋਵੇ ਕਿ ਆਮ ਆਦਮੀ ਪਾਰਟੀ ਨਾਲ ਪੂਰਾ ਪੰਜਾਬ ਲੱਗ ਗਿਆ, ਅਸੀਂ ਤੁਹਾਡੀ ਨੀਤੀਆਂ ਨਾਲ ਨਹੀਂ ਲੱਗੇ, ਅਸੀਂ ਸਿਰਫ ਬਦਲਾਅ ਕਰਕੇ ਲੱਗੇ ਸੀ, ਪਰ ਜਿਹੜੀ ਅਸੀਂ ਆਸ ਲੈ ਕੇ ਆਏ ਸੀ ਉਹ ਤੁਸੀਂ ਸਾਡੀ ਆਸ ਪੂਰੀ ਨਹੀਂ ਕਰ ਸਕੇ। ਪਰ ਇਹਨਾਂ ਦੀ ਆਸ ਦਾ ਅਜੇ ਵੀ ਦਮ ਨਹੀਂ ਸੀ ਘੁੱਟਿਆ। ਇਹਨਾਂ ਨੇ ਉਹੀ ਪੰਜਾਬ ਦਾ ਮਾਡਲ, ਜਿਵੇਂ ਪਹਿਲਾਂ ਮੋਦੀ ਜੀ ਗੁਜਰਾਤ ਦਾ ਮਾਡਲ ਲਿਆ ਕੇ ਪ੍ਰਾਈਮ ਮਿਨਿਸਟਰ ਬਣੇ ਸੀ ਅਤੇ ਬਾਕੀ ਇਲੈਕਸ਼ਨ ਲੜੀਆਂ ਸੀ, ਗੁਜਰਾਤ ਮਾਡਲ, ਗੁਜਰਾਤ ਮਾਡਲ। ਇਸੇ ਤਰ੍ਹਾਂ ਇਹਨਾਂ ਨੇ ਜਦੋਂ ਪੰਜਾਬ ਦੀ ਇਲੈਕਸ਼ਨ ਸੀਗੀ, ਉਸ ਟਾਈਮ ਦਿੱਲੀ ਦਾ ਮਾਡਲ ਲਿਆਂਦਾ, ਦਿੱਲੀ ਮਾਡਲ, ਐਂ ਕਰਾਂਗੇ, ਸਕੂਲਾਂ ਦਾ ਪ੍ਰਬੰਧ ਕਰਾਂਗੇ, ਮੈਡੀਕਲ ਵਧੀਆ ਕਰਾਂਗੇ, ਸਫਾਈ ਕਰਾਂਗੇ। ਚਲੋ ਉਹ ਮਾਡਲ ਕਰਕੇ ਇਹਨਾਂ ਨੂੰ 93 ਸੀਟਾਂ ਜਿੱਤ, ਫਿਰ ਇਹ ਜਿੱਤਣ ਤੋਂ ਬਾਅਦ ਇਹਨਾਂ ਨੂੰ ਇੰਨਾ ਹੰਕਾਰ ਹੋ ਗਿਆ ਵੀ ਦੇਖੋ ਅਸੀਂ ਦਿੱਲੀ ਵੀ ਜਿੱਤ ਲਈਏ ਇਸ ਗੱਲ ਤੋਂ ਕਹਿ ਕੇ ਦਿੱਲੀ ਮਾਡਲ, ਫਿਰ ਅਸੀਂ ਇਹ ਹੁਣ ਪੰਜਾਬ ਮਾਡਲ ਲੈ ਕੇ ਅਸੀਂ ਵੀ ਸ਼ਾਇਦ 2 ਸਟੇਟਾਂ ਲੈ ਲਈਏ। ਇਲੈਕਸ਼ਨਾਂ ਆਈਆਂ ਹਿਮਾਚਲ ਦੇ ਵਿੱਚ ਅਤੇ ਗੁਜਰਾਤ ਦੇ ਵਿੱਚ, ਉਹ ਦੋ ਹੀ ਥਾਂ 'ਤੇ ਉਹ ਮਾਡਲ ਸੀ ਫੇਲ ਹੋ ਗਿਆ, ਉਹ ਮਾਡਲ ਫਲੋਪ ਹੋ ਗਿਆ। ਜੋ ਹਾਲਤ ਹੋਈ ਹੈ ਉਹ ਆਪਣੇ ਸਾਹਮਣੇ ਹੀ ਹੈ। ਇਸ ਕਰਕੇ ਹੁਣ ਜੋ ਮਰਜ਼ੀ ਗਵਰਨਰ ਕਰੇ, ਕਿਉਂਕਿ ਜਦ ਤੱਕ ਯੂਨੀਅਨ ਦੀ ਸਟਰੈਂਥ, ਇਹ ਜੇ ਹੱਥ ਸਾਡਾ ਖੁੱਲ੍ਹਾ, ਪੰਜ ਉਂਗਲਾਂ ਨੇ, ਇਹ ਪੰਜ ਉਂਗਲਾਂ ਨੂੰ ਕੋਈ ਵੀ ਮਰੋੜ ਸਕਦੇ, ਉਂਗਲੀ ਨੂੰ ਚੀਚੀ ਨੂੰ ਮਰੋੜ ਦਿਉ, ਦੂਜੇ ਮਤਲਬ ਜਦੋਂ ਪੰਜੇ ਇਕੱਠੀਆਂ ਹੋ ਜਾਣ, ਫਿਰ ਇੱਕ ਧਮਕਾ, ਇੱਕ ਬੁੱਠਾ ਬਣ ਜਾਂਦਾ, ਇੱਕ ਪਾਵਰ ਬਣ ਜਾਂਦੀ ਹੈ। ਇਸ ਲਈ ਇਹ ਪੰਜਾਬ ਨਾਲ ਧੱਕਾ ਹੈ, ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਿੱਤਾਂ ਲਈ ਇਕੱਠਾ ਹੋਣਾ ਚਾਹੀਦਾ, ਪਾਰਟੀ ਟੁੱਟ ਕੇ। ਪਰ ਜੋ ਸੈਂਟਰ ਕਰ ਰਿਹਾ, ਜੋ ਬੀਜੇਪੀ ਦਾ ਗਵਰਨਰ ਕਰ ਰਿਹਾ, ਇਹ ਪੰਜਾਬ ਦੇ ਹਿੱਤਾਂ ਲਈ ਚੰਗਾ ਨਹੀਂ। ਇਹਨਾਂ ਨੇ ਚਿੱਠੀ ਵੀ ਲਿਖੀ ਹੈ ਗਵਰਨਰ ਨੂੰ, ਮੁੱਖ ਮੰਤਰੀ ਨੇ, ਵੀ ਸਾਡੇ ਨਾਲ ਧੱਕਾ ਕਰ ਰਿਹਾ। ਫਿਰ ਦੂਜਾ ਇਹ ਦੇਖੋ, ਮਾਨ ਸਰਕਾਰ ਨੇ ਹੁਣ ਜਿਹੜਾ ਨਵਾਂ ਵਿਪ ਦੇ ਵਿੱਚ, ਵਿਪ ਮੈਡ ਜਿਹੜੀ ਵਿਪ ਚੁਣਿਆ, ਵਿਪ ਨੂੰ ਕੈਬਨਿਟ ਮੰਤਰੀ ਦਾ ਰੈਂਕ ਦਿੱਤਾ, ਅਤੇ ਉਹਦੀ ਪ੍ਰਵਾਨਗੀ ਵੀ ਗਵਰਨਰ ਕੋਲ ਜਾਣੀ ਹੈ। ਉਹਦੀ ਪ੍ਰਵਾਨਗੀ ਜਦ ਤੱਕ ਗਵਰਨਰ ਨਹੀਂ ਦਿੰਦਾ, ਉਹਦੀ ਪ੍ਰਵਾਨਗੀ ਨਹੀਂ ਮਿਲਦੀ। ਕੀ ਉਹਦੀ ਪ੍ਰਵਾਨਗੀ ਗਵਰਨਰ ਦੇ ਦੂਗਾ? ਜਦੋਂ ਇੰਨੇ ਹਾਲਾਤ ਆਪਸ ਦੇ ਵਿੱਚ ਖਿੱਚੋ ਤਾਣ ਵਾਲੇ ਹੋਣ, ਫਿਰ ਇਹ ਕੀ ਆਸ ਕਰਦੇ ਨੇ ਕਿ ਗਵਰਨਰ ਸਾਨੂੰ ਉਹ ਵਿਪ ਨੂੰ ਇੱਕ ਕੈਬਨਿਟ ਮੰਤਰੀ ਦਰਜਾ ਦਊਗਾ? ਬਿਲਕੁਲ ਨਹੀਂ ਦਊਗਾ। ਇਹਦੇ ਵਿੱਚ ਵੀ ਇਹਨਾਂ ਨੂੰ ਨਿਰਾਸ਼ਾ ਝੱਲਣੀ ਪੈਣੀ ਹੈ, ਔਰ ਇਹਨਾਂ ਨੂੰ ਇੱਕ ਬਹੁਤ ਵੱਡੀ ਸੱਟ ਲੱਗਣੀ ਹੈ ਕਿ ਇਹ ਲੋਕਾਂ ਨੂੰ ਮੂੰਹ ਕਿੱਦਾਂ ਦਿਖਾਉਣ। ਬਿਲਕੁਲ, ਤੇ ਜੇਕਰ ਸਰਕਾਰ ਚਲਾਉਣ ਦੇ ਲਈ ਜਿਹੜਾ ਤਾਲਮੇਲ ਹੈ ਉਹ ਹੋਣਾ ਜ਼ਰੂਰੀ ਹੈ ਰਾਜਪਾਲ ਤੇ ਮੁੱਖ ਮੰਤਰੀ ਦੇ ਵਿਚਾਲੇ। ਤੇ ਨਾਲ ਹੀ ਖਾਨਪੁਰ ਸਾਹਿਬ ਗੱਲ ਕਰਾਂਗੇ, ਬਾਦਲ ਪਰਿਵਾਰ ਦੀਆਂ ਬੱਸਾਂ ਹੁਣ ਚੰਡੀਗੜ੍ਹ ਦੇ ਵਿੱਚ ਨਹੀਂ ਜਾਣਗੀਆਂ, ਵੱਡੀ ਕਾਰਵਾਈ ਹੋਈ ਹੈ, ਕਿਵੇਂ ਦੇਖਦੇ ਹੋ ਕਿ ਇਹ ਕਾਰਵਾਈ ਮਾਨ ਸਰਕਾਰ ਵੱਲੋਂ ਜਾਇਜ਼ ਕੀਤੀ ਗਈ ਹੈ? ਦੇਖੋ ਚੱਠਾ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਬਹੁਤ ਸੁਲਝੇ ਹੋਏ ਸਿਆਣੇ ਲੀਡਰ, ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਪੰਜਾਬ ਦੀ ਤਰੱਕੀ। ਪਰ ਉਸ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਜੀ ਬਾਦਲ ਆਏ, ਕਿਉਂਕਿ ਇਹ ਅਮੈਰੀਕਾ ਦੇ ਵਿੱਚ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰਕੇ ਆਏ ਸੀ, ਇਹਨਾਂ ਨੂੰ ਬਿਜ਼ਨਸ ਮੈਨੇਜਮੈਂਟ ਦੀ, ਇਹਨਾਂ ਨੇ ਸੋਚਿਆ ਜਿੱਥੇ ਹੁਣ ਸਾਡੀ ਸਰਕਾਰ ਹੈ ਉੱਥੇ ਬਿਜ਼ਨਸ ਵੀ ਨਾਲ ਤੋਰਿਆ ਜਾਵੇ। ਬਿਜ਼ਨਸ ਤੋਰਿਆ ਬੱਸਾਂ ਦਾ, ਬੱਸਾਂ ਵੀ ਉਹ ਵੈਲਵੋ ਬੱਸ ਜਿਹੜੀ ਪੰਜਾਬ ਦੇ ਵਿੱਚ ਦਿੱਲੀ ਏਅਰਪੋਰਟ 'ਤੇ ਜਾਂਦੀ ਸਨ, ਦਿੱਲੀ ਜਾਂਦੀ, ਅਤੇ ਪੰਜਾਬ ਦੇ ਹਰ ਕੋਨੇ ਤੋਂ ਚੰਡੀਗੜ੍ਹ ਵੀ ਜਾਂਦੀ ਸਨ। ਜਦੋਂ ਕਿ ਚੰਡੀਗੜ੍ਹ ਯੂਨੀਅਨ ਟੈਰੋਟਰੀ ਹੈ, ਉਸ ਦੇ ਵਿੱਚ ਕਿਸੇ ਵੀ ਪ੍ਰਾਈਵੇਟ ਬੱਸ ਨੂੰ ਵੜਨ ਦੀ ਆਗਿਆ ਨਹੀਂ। ਪਹਿਲਾਂ ਸਿੰਡੀਕੇਟ ਬੱਸ ਹੁੰਦੀ ਸੀ, ਇੱਕ ਰੋਪੜ ਤੋਂ ਚੱਲਦੀ ਨੰਗਲ ਤੋਂ, ਉਹਨੂੰ ਵੀ ਬੰਦ ਕੀਤਾ। ਉਸ ਤੋਂ ਬਾਅਦ ਫਿਰ ਕੈਪਟਨ ਟਾਈਮ ਕੈਪਟਨ ਸਾਹਿਬ ਨੇ ਜਦੋਂ ਸਰਕਾਰ ਆਉਣੀ ਸੀ, ਕੈਪਟਨ ਸਾਹਿਬ ਨੇ ਵੀ ਇਹੀ ਰੌਲਾ ਪਾਇਆ। ਦੇਖੋ ਜੀ, ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ 'ਚ ਆਪਣੀ ਮਨੋਪਲੀ ਬਣਾ ਰੱਖੀ ਹੈ, PRTC PTC ਦਾ ਚੈਨਲ ਹੈ, ਉਹ ਉਹਨੇ ਆਪਣਾ ਬਣਾ ਰੱਖਿਆ, ਬੱਸਾਂ ਉਹਨਾਂ ਦੀ ਆਪਣੇ, ਉਹਨਾਂ ਨੇ ਰੌਲਾ ਪਾਇਆ, ਪਰ ਉਹਨਾਂ ਨੇ ਕੁਛ ਨਹੀਂ ਕੀਤਾ, ਸਿਰਫ ਰੌਲਾ ਰੌਲਾ ਹੀ ਰਹਿ ਗਿਆ, ਸਰਕਾਰ ਬਣਾ ਲਈ। ਉਸ ਤੋਂ ਬਾਅਦ ਇਹਨਾਂ ਨੇ ਵੀ ਇਹੀ ਗੱਲ ਕਹੀ ਸੀ, ਜੇ ਸਾਡੀ ਸਰਕਾਰ ਬਣ ਗਈ, ਅਸੀਂ ਕੋਈ ਵੀ ਬੱਸ ਪ੍ਰਾਈਵੇਟ ਜਿਹੜੀ ਕਿ
सरकारी बसां नूं चूना लाउंदियां ने, जिथे सरकारी बसां नूं एक घंटे दे विच 60 मिंट का घंटा होंगे, 5 मिंट मिलते हैं, 55 मिंट प्राइवेट बसों को मिलते हैं ना, वो प्राइवेट बसा जिसे को दो बसा होंगे वह भी बसा कर लेंदा, जिसे को भी होंगे 100 कर लेंदा, जिहड़ी सरकारी बसा ने जिहड़ी 10 ने वह भी नीलाम हो जाती है, उनकी हालत बुरी होती है। ये क्योंकि चूना लगता रहा है पी आर टी सी नूं ते पंजाब बस पंजाब रोडवेज, इसलिए ये नवी जिहड़ी पॉलिसी बनी सी, सब तो पहले तो पॉलिसी ये बनी सी कि जिहड़ियां पंजाब दी बसां सन, चाहे पी आर टी सी होवे जां पंजाब रोड, कोई भी बस इंदिरा गांधी इंटरनेशनल एयरपोर्ट ते नहीं सी जांदी, सिर्फ प्राइवेट दी बसां जांदियां सन। ओह प्राइवेट बसां अलग शहरां तों बन के जांदे, जिन्हां दा किराया कि सरकारी बसां नालों कई गुणा ज़्यादा हुंदा सी, पर मजबूरी दे बस लोग उन्हां बसां विच चढ़ के जांदे सन। ते इह वधिया काम कीता कि सरकार ने ਉੱਥੇ ਸਰਕਾਰੀ ਬੱਸਾਂ ਨੂੰ ਵੀ ਪੰਜਾਬ ਤੋਂ ਚੰਡੀ ਦਿੱਲੀ 에ਅਰਪੋਰਟ ਤੱਕ ਜਾਣਾ ਸ਼ੁਰੂ ਕੀਤਾ ਤੇ ਪ੍ਰਾਈਵੇਟ ਬੱਸਾਂ ਦੇ ਬੈਨ ਤੇ ਉਸ ਤੋਂ ਬਾਅਦ ਕੀ ਹੁੰਦਾ ਸੀ ਬੱਸ ਦਾ ਪਰਮਿਟ ਇੱਕ ਹੁੰਦਾ ਸੀ ਬੱਸਾਂ ਉਹਦੇ ਉੱਤੇ 5 5 10 10 ਚੱਲਦੀਆਂ ਸਨ ਕਿਉਂਕਿ ਸਾਰਾ ਕੁਝ ਦਾ ਬਿਜਲੀ ਭੁਗਤ ਸੀਗੀ ਇਸ ਕਰਕੇ ਉਹ ਚੂਨਾ ਲੱਗਦਾ ਰਿਹਾ ਸੀ ਪ੍ਰਾਈਵੇਟ ਬੱਸਾਂ ਦੂਜਿਆਂ ਨੂੰ ਲਾਉਂਦੇ ਰਹੇ ਸਨ ਪਰ ਹੁਣ ਜਿਹੜਾ ਇਹਨਾਂ ਨੇ ਇਹ ਨਵਾਂ ਕਾਨੂੰਨ ਪਾਸ ਕੀਤਾ ਹੈ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਕੱਲ੍ਹ ਇਹ ਨੋਟੀਫਿਕੇਸ਼ਨ ਇਹ ਕਰਕੇ ਕਰਤਾ ਕਿ ਚੰਡੀਗੜ੍ਹ ਦੇ ਵਿੱਚ ਕੋਈ ਵੀ ਪ੍ਰਾਈਵੇਟ ਬੱਸ ਚਾਹੇ ਉਹ ਕਿਸੇ ਦੀ ਹੋਵੇ ਚਾਹੇ ਬਾਦਲਾਂ ਦੀ ਹੋਵੇ ਚਾਹੇ ਉਹ ਕਿਸੇ ਵੀ ਪਾਰਟੀ ਦੀ ਕਿਸੇ ਵੀ ਉਦਯੋਗਪਤੀ ਹੋਵੇ ਉਹ ਨਹੀਂ ਜਾਏਗੀ ਇਹਦੇ ਨਾਲ ਸਰਕਾਰੀ ਬੱਸਾਂ ਨੂੰ ਟਰਾਂਸਪੋਰਟ ਨੂੰ ਫਾਇਦਾ ਹੋਊਗਾ ਅਤੇ ਲੋਕਾਂ ਨੂੰ ਵੀ ਫਾਇਦਾ ਹੋਊਗਾ ਅਤੇ ਬੱਸਾਂ ਵੀ ਚੰਗੀਆਂ ਹੋਣਗੀਆਂ ਇਸ ਲਈ ਇਹਨੂੰ ਝਟਕਾ ਨਾ ਸਮਝੋ ਝਟਕਾ ਤਾਂ ਹੈ ਹੀ ਹੈ ਦੇਖੋ ਕਿਸੇ ਦੇ ਕਾਰੋਬਾਰ ਚੱਲਦੇ ਨੂੰ ਉਹਦੀ ਆਮਦਨ ਘੱਟ ਜਾਂ ਝਟਕਾ ਤਾਂ ਲੱਗਦਾ ਹੀ ਲੱਗਦਾ ਹੈ ਪਰ ਆਪਾਂ ਦੇਖਣਾ ਕਿ ਉਹ ਜਾਇਜ਼ ਸੀ ਜਾਂ ਨਜਾਇਜ਼ ਸੀਗਾ ਇਹ ਲੋਕਾਂ ਨੇ ਦੇਖਣਾ ਇਸ ਕਰਕੇ ਜੋ ਇਹ ਫੈਸਲਾ ਸਰਕਾਰ ਨੇ ਕੀਤਾ ਇਹ ਲੋਕ ਹਿੱਤ ਵਾਸਤੇ ਇੱਕ ਵਧੀਆ ਫੈਸਲਾ ਬਿਲਕੁਲ ਬਿਲਕੁਲ ਤਾਂ ਨਾਲੇ ਹਾਂ ਸਾਹਿਬ ਗੱਲ ਕਰਾਂਗੇ ਜਿਸ ਤਰੀਕੇ ਨਾਲ ਤੁਸੀਂ ਵੀ ਗੱਲ ਕਰਕੇ ਹਟੇ ਹੋ ਚੀਫ ਵਿਪ ਦੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀਗੀ ਚੀਫ ਵਿਪ ਨੂੰ ਮੰਤਰੀ ਦੇ ਬਰਾਬਰ ਸਹੂਲਤਾਂ ਮੰਤਰੀ ਦੇ ਦਰਜੇ ਦੇ ਬਰਾਬਰ ਸਹੂਲਤਾਂ ਦੇਣ ਦੀ ਜਿਹੜੀ ਹੈ ਫੈਸਲਾ ਮਾਨ ਸਰਕਾਰ ਨੇ ਕੀਤਾ ਤੇ ਹੁਣ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕੀਤੀ ਜਾਵੇ ਉੱਧਰ ਗੱਲ ਕੀਤੀ ਜਾਵੇ ਭਾਜਪਾ ਦੇ ਜਨਰਲ ਸਕੱਤਰ ਦੀ ਤਾਂ ਉਹਨਾਂ ਦੇ ਵੱਲੋਂ ਵੀ ਜਿਹੜੇ ਸਵਾਲ ਚੁੱਕੇ ਗਏ ਨੇ ਕਿਵੇਂ ਦੇਖਦੇ ਹੋ ਕਿ ਦੋਹਰੀ ਰਣਨੀਤੀ ਹੈ ਮਾਨ ਸਰਕਾਰ ਦੀ ਜਿਵੇਂ ਕੱਲ੍ਹ ਵੀ ਤੁਸੀਂ ਗੱਲ ਕੀਤੀ ਸੀਗੀ ਇਸ ਕਰਕੇ ਹੁਣ ਸਵਾਲਾਂ ਦੇ ਨਿਸ਼ਾਨੇ ਦੇ ਉੱਤੇ ਹੈ ਆਪਣਾ ਮਾਨ ਸਰਕਾਰ ਚੱਟਾ ਸਾਹਿਬ ਜਿਹੜੀ ਪੰਜਾਬ ਕੈਬਨਿਟ ਦਾ ਵਿਸਥਾਰ ਹੁੰਦਾ ਹੈ ਇਹਦਾ ਵਿਸਥਾਰ ਦੀ ਜਿਹੜੀ ਰੇਸੋ ਰੱਖੀ ਹੈ ਉਹ 15% ਰੱਖੀ ਹੈ ਕਿ ਜੇ ਸਾਡੇ ਕੋਲ 100 MLA ਨੇ ਉਹਦੇ ਵਿੱਚੋਂ 15 ਮੰਤਰੀ ਬਣ ਸਕਦੇ ਤੇ ਆਪਣੇ ਕੋਲ 117 ਦੇ ਵਿੱਚੋਂ ਸਾਡੇ 16-17 ਮੰਤਰੀ ਬਣਦੇ ਇਸ ਤੋਂ ਬਾਅਦ 18 ਲੇਕਿਨ ਪਿਛਲੀਆਂ ਕਰਦੀਆਂ ਰਹੀਆਂ MLA ਨੂੰ ਦੇ ਲਈ ਉਹਨਾਂ ਨੂੰ ਪਾਰਲੀਮੈਂਟਰੀ ਬਣਾਉਂਦੀਆਂ ਰਹੀਆਂ ਚੀਫ ਪਾਰਲੀਮੈਂਟ ਸੈਕਟਰੀ ਉਹਨਾਂ ਨੂੰ ਚੀਫ ਪਾਰਲੀਮੈਂਟ ਸੈਕਟਰੀਆਂ ਨੂੰ ਮੰਤਰੀਆਂ ਜਿੰਨੀ ਹੀ ਤਨਖਾਹਾਂ ਓਨੇ ਹੀ ਉਹਨਾਂ ਨੂੰ ਸਹੂਲਤਾਂ ਓਨੇ ਹੀ ਅਮਲਾ ਜਿਹੜਾ ਕਿ ਸਿੱਧਾ ਹੀ ਪੰਜਾਬ ਦੇ ਖਜ਼ਾਨੇ ਦੇ ਉੱਤੇ ਬੋਝ ਸੀਗਾ ਆਮ ਲੋਕਾਂ ਜਨਤਾ ਉੱਤੇ ਬੋਝ ਸੀ ਆਮ ਜਨਤਾ ਨੂੰ ਕੁਛ ਨਹੀਂ ਸੀ ਮਿਲਦਾ ਇਹ ਸਾਰਾ ਕੁਛ ਜਿੱਤੇ ਹੋਏ MLA ਜੋ ਸੇਵਾਦਾਰ ਕਹਾਉਂਦੇ ਸੀ ਇਹ ਸਾਲੇ ਮਲਾਈ ਤਾਰਦੇ ਰਹੇ ਸਾਰਾ ਕੁਛ ਲੈਂਦੇ ਰਹੇ ਹਾਈ ਕੋਰਟ ਦੇ ਵਿੱਚ ਇਹਦੀ ਰਿੱਟ ਹੋਈ ਹਾਈ ਕੋਰਟ ਨੇ ਉਹ ਸਾਰੀਆਂ ਹੀ ਜਿਹੜੀਆਂ ਪਾਰਲੀਮੈਂਟ ਦੀ ਸੀਟ ਸੀ ਚੀਫ ਪਾਰਲੀਮੈਂਟ ਉਹ ਸਾਰੀਆਂ ਰੱਦ ਕਰਤੀਆਂ ਅਤੇ ਸਰਕਾਰ ਨੂੰ ਵਾਰਨਿੰਗ ਦੇ ਤੀ ਕਿ ਕਿਸੇ ਨੂੰ ਕੋਈ ਪਾਰਲੀਮੈਂਟ ਸੈਕਟਰੀ ਸਰਕਾਰ ਨਹੀਂ ਬਣਾ ਦੇਵੇ ਇਹ ਸਰਕਾਰ ਵਾਸਤੇ ਕਾਰਨ ਬਹੁਤ ਧੱਕਾ ਸੀਗਾ ਪਰ ਇਹਨਾਂ ਨੇ ਸੋਚਿਆ ਚਲੋ ਇੱਧਰੋਂ ਕਿਉਂਕਿ ਸਿਆਸੀ ਬੰਦੇ ਨੇ ਜਿਹੜੇ ਇਹ ਕੋਈ ਨਾ ਕੋਈ ਚੋਰ ਮੋਰੀ ਇੱਦਾਂ ਬਣਾ ਕੇ ਰੱਖਦੇ ਨੇ ਆਪਣੇ ਬੰਦੇ ਨੂੰ ਅਪਲਾਈਜ਼ ਕਰਨ ਹੁਣ ਇਹਨਾਂ ਨੇ 2-3 ਮੰਤਰੀ ਲੈਣੇ ਸੀਗੇ ਹੁਣ 18 ਮੰਤਰੀਆਂ ਤੋਂ ਵੱਧ ਤਾਂ ਇਹ ਵੀ ਨਹੀਂ ਬਣਾ ਸਕਦੇ ਹੈਗੇ ਲੇਕਿਨ ਇਹਨਾਂ ਨੇ ਇੱਕ ਨਵਾਂ ਰਸਤਾ ਕੱਢਿਆ ਕਿ ਅੱਜ ਤੱਕ ਜਿੰਨੀਆਂ ਸਰਕਾਰਾਂ ਆਜ਼ਾਦੀ ਤੋਂ ਬਾਅਦ ਬਣਦੀਆਂ ਰਹੀਆਂ ਕਿਸੇ ਨੇ ਵੀ ਵਿਪ ਜੋ ਪਾਰਟੀ ਦਾ ਵਿਪ ਹੁੰਦਾ ਹੈ ਵਿਪ ਨੂੰ ਕਦੇ ਵੀ ਕੋਈ ਕੈਬਨਿਟ ਦਰਜਾ ਜਾਂ ਕੋਈ ਸੈਕਟਰੀ ਨਹੀਂ ਸੀ ਬਣਾਇਆ ਪਰ ਇਹਨਾਂ ਨੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਕੈਬਨਿਟ ਦਾ ਦਰਜਾ ਦੇ ਕੇ ਚੋਰ ਮੋਰੀ ਰਾਹੀਂ ਉਹ ਬਣਾਉਣ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਹੈ ਜਿਹਦਾ ਸਾਰੇ ਪਾਸਿਓਂ ਬਹੁਤ ਵਿਰੋਧ ਹੋ ਰਿਹਾ ਜਿਹੜਾ ਕਾਨੂੰਨਿਕ ਤੌਰ 'ਤੇ ਵੀ ਗਲਤ ਹੈ ਕਿਉਂ ਜਦੋਂ ਹਾਈ ਕੋਰਟ ਨੇ ਫੈਸਲਾ ਕਰ ਚੁੱਕਿਆ ਹੈ ਕਿ ਓਨੀ ਗਿਣਤੀ ਤੋਂ ਬਾਅਦ ਤੁਸੀਂ ਬਣਾ ਨਹੀਂ ਸਕਦੇ ਤੁਸੀਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਸਾਡਾ ਖਜ਼ਾਨਾ ਖਾਲੀ ਹੈ ਸਾਡੇ ਕੋਲ ਪੈਸਾ ਨਹੀਂ ਅਸੀਂ ਸਾਡੇ 'ਤੇ ਬੋਝ ਇੰਨਾ ਪੈ ਰਿਹਾ ਅਤੇ ਇੱਕ ਪਾਸੇ ਤੁਸੀਂ ਆਪਣੇ ਬੰਦੇ ਨੂੰ ਅਵਲਾਈਜ਼ ਕਰਨ ਵਾਸਤੇ ਖੁਸ਼ ਕਰਨ ਵਾਸਤੇ ਉਸ ਨੂੰ ਕੈਬਨਿਟ ਰੈਂਕ ਦੇ ਰਹੇ ਦੂਜੀ ਗੱਲ ਇਹ ਪੋਲਿਸੀ ਵੀ ਹੈ
क्योंकि ये तो पहले ही पता सी कि जे असी बनावांगे तो ऑब्जेक्शन होगा, इसलिए असी तो सच्चे हो जाएंगे बलविंदर कौर को भी। देखो सर तैनू कैबिनेट मंत्री का रैंक देता सी, हुण असी करिए कि हाई कोर्ट वालों या लोगों वालों जाना, ये एक तीर नाल दो निशाने खेडण वाली गल हैगी है। इसलिए यदा विरोध जिहड़ा कांग्रेस के ओपोजिशन के लीडर ने प्रताप सिंह बाजवा अते बीजेपी के मुख्य बीजेपी के जिहड़े जनरल सैकटरी ने उन्होंने गुप्ता ने उन्होंने भी यदा विरोध किया है, पबलिक भी विरोध कर दी है। जिहड़ियां गल्लां असीं लोगों को कहिंदे सी गलत कर रहे हैं गलत कर रहे हैं गलत, जदों असीं आप गलत कर लगे जी तां साडी जमीर वल असीं झात मारीए असीं किन्ने क सही हाँ किन्ने क सही है नहीं है। हुण देखो एक पासे इन्हां ने 9 महीने दे विच 11,000 करोड़ रुपया कर्जा लिया, 9 महीने हो गए सरकार बनी नूं, 9 महीने दे विच 11,000 करोड़ का कर्जा लैके पंजाब नूं करजई कीता है, ते अजे पंजाबियों नूं मिलिया कुछ नहीं हैगा। जिहड़े कहें सी 2500 पेंशन करांगे वह नहीं मिली हैगी, नौजवानों नूं नौकरी देवांगे वह नहीं है, पुरानी पेंशन वाला केस विच ही पए ने, अते ए नवे नवे उह कर रहे ने। इसलिए लोगों वालों इहदा विरोध होना कुदरती हो सी और होएगा। और ये जिहड़ी सीट हैगी है इहते पहलां गवर्नर कोल पहलां बेनती की है कि इस सीट की प्रवानगी वास्ते अपरूव वास्ते गवर्नर कोल जाएगी, गवर्नर कित्थे साइन करेगा। इसलिए सरकार की इत्थे भी किरकिरी होगी, इन्हां दा चुक्या होया कदम इन्हां लई इह नुकसानदायक घातक सिद्ध हो सकता है। बिल्कुल, बहुत बहुत तुहाडा शुक्रिया खानपुर साहब प्रोग्राम च कीमती समां देण दे लई। ते चंद शब्दां दे विच अपने दर्शकां नूं की संदेश जां राय देना चाहोगे? ਚੱਠਾ ਸਾਹਿਬ ਸੰਦੇਸ਼ ਤਾਂ ਮੈਂ ਕੌਣ ਦੇਣ ਵਾਲਾ ਸੰਦੇਸ਼ ਤਾਂ ਉਹ ਸਾਡੀ ਗੁਰਬਾਣੀਓਂ ਦੇ ਸਕਦੀ ਹੈ, ਪਰ ਦੂਜਾ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਇਤਿਹਾਸਕ ਦਿਨ ਹੈ ਕਿ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਅੱਜ ਪ੍ਰਕਾਸ਼ ਦਿਵਸ ਹੈ, ਜਨਮ ਦਿਵਸ। ਇਹ ਉਹ ਦਿਨ ਹੈ ਜਿਸ ਦਿਨ ਮਾਤਾ ਗੁਜਰੀ ਜੀ ਦੇ ਪੋਤਰੇ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਗੁਰੂ ਗੋਬਿੰਦ ਸਿੰਘ ਦੇ ਲਾਲ ਨਾਲ ਨੇ ਜਨਮ ਲਿਆ। ਲੇਕਿਨ ਇਹ ਮਹੀਨਾ ਜਿੱਥੇ ਸਾਡੇ ਲਈ जन्म की खुशी मना रहे हैं उत्थे साडे वास्ते एक बहुत ही आ महीना एक संकटमई है। इस महीने दे विच पंथ का परिवार खेरू खेरू होया, परवान अज साडे बच्चे साहिबजादा जोरावर सिंह, साहिबजादा फतेह सिंह, अजीत सिंह, जुझार सिंह अते होर अनेक सिंह इस महीने दे विच शहादत भरिया दिन है। दूजे पासे श्रोमणी अकाली दल जी का अज 102वां हैगा जिहड़ा, वह प्रकाश दिवस ही मनाया जाता है। पहले प्रधान से जिहड़े बने सरदार सुरमन सिंह झबाल, उन्होंने इन्निया तसीहे चल के पंथ नूं चढ़ती कला दे विच लैके गए, तो उन्होंने कहा कि मैं पंथ बसे मैं उजड़ा मन चौक नेरा, कि पंथ बसे चाहे मैं उजड़ जा, पर अज साडे लीडरां दी सोच है मैं बसा पंथ उजड़े ये चौक नेरा, सानू पंथ दी चढ़ती कला लई कोई भी त्याग कोई भी कुरबानी करनी पवे, क्योंकि पंथ जिंदा रखना पंथ नूं चढ़दी कला रखना अकाली दल नूं चढ़दी कला रखना हर एक दा फर्ज है। सानूं इस दे उत्ते चल के ये सानूं दिन मनाउणा चाहिए। बहुत बहुत धन्यवाद। साढ़े नाल सानूं अगे सिख बुद्धिजीवी ते सियासी माहिर सरदार प्रीतम सिंह खानपुर वड़ेंग साहब जिन्हां ने तमाम खबरां नूं लैके अपने विचार रखे ने। उम्मीद करते हैं प्रोग्राम तुहानूं पसंद आया होगा, कोई भी तुहाडी राय होवे साडे नाल जरूर सांझी कर सकते हो। अज दे प्रोग्राम विच फिलहाल इन्ना ही, मैनूं दिओ इजाजत, धन्यवाद।